ਭਲੇ ਵਾਸਤੇ ਪੱਪਾ ਭਾਰ ਹੋ ਰਿਹਾ ਸਾਹ ਤੋਂ, ਇਸ ਨੂੰ ਮਜ਼ਾਕ ਨਾ ਸਮਝੋ। ਕੋਰੋਨਾ ਦੀ ਮਹਾਮਾਰੀ ਨਾਲ ਨਜਿੱਠਣ ਦੇ ਲਈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੂਸਰੀ ਵਾਰ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਅਤੇ 21 ਦਿਨਾਂ ਤੱਕ ਹੋਰ ਲੋਕਡਾਊਨ ਕਰ ਦਿੱਤਾ ਗਿਆ ਹੈ, ਉੱਥੇ ਇਹ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਸਰਕਾਰ ਵੱਲੋਂ ਪਹਿਲਾ ਲੋਕਡਾਊਨ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਨੇ ਸੀਰੀਅਸ ਨਹੀਂ ਲਿਆ ਅਤੇ ਮਜਬੂਰਨ ਸਰਕਾਰ ਦੇ ਵੱਲੋਂ ਕਰਫਿਊ ਲਗਾ ਦਿੱਤਾ ਗਿਆ। ਪਰ ਅੱਜ ਕਰਫਿਊ ਦੇ ਦੂਸਰੇ ਦਿਨ ਪੰਜਾਬ ਪੁਲਿਸ ਦੇ ਵੱਲੋਂ ਸਖ਼ਤੀ ਵਾਲਾ ਰੁੱਖ ਅਪਣਾਇਆ ਗਿਆ, ਜਿਸ ਦੀਆਂ ਕਿ ਕਈ ਤਸਵੀਰਾਂ ਜਲਾਲਾਬਾਦ ਦੇ ਵੱਖ ਵੱਖ ਚੌਂਕਾਂ ਤੇ ਇਲਾਕਿਆਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ। ਇਸ ਮੌਕੇ ਪੁਲਿਸ ਨੇ ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਅਤੇ ਸ਼ਾਮ ਹੁੰਦੇ ਹੀ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਇੱਕ ਫਲੈਗ ਮਾਰਚ ਵੀ ਕੱਢਿਆ ਗਿਆ, ਜਿਸ ਤੋਂ ਬਾਅਦ ਜੋ ਲੋਕ ਨਹੀਂ ਸਮਝੇ ਅਤੇ ਸੜਕਾਂ ਉੱਪਰ ਬਿਨਾਂ ਕਿਸੇ ਕੰਮ ਤੋਂ ਘੁੰਮਦੇ ਦਿਖਾਈ ਦੇਣਗੇ ਤਾਂ ਉਹਨਾਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਟੀਮਾਂ ਬਣਾਈਆਂ ਪੁਲਿਸ ਦੀਆਂ ਮਹੱਲਿਆਂ ਦੇ ਵਿੱਚ ਵੀ ਜਿਹੜੇ ਆਪਣਾ ਕੋਈ ਬਾਹਰ ਫਿਰਦੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਘਰਾਂ 'ਚ ਰਹੋ। ਸਰ ਜਿਹੜੇ ਲੋਕ ਬਾਹਰ ਵੀ ਘੁੰਮ ਰਹੇ ਨੇ, ਮਤਲਬ ਕਿ ਬਿਨਾਂ ਕਾਰਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ? ਜੇ ਕੋਈ ਆਪਣਾ ਬਾਹਰ ਦੇਖਦਾ ਉਹਦੇ ਬਰਾਬਰ 188 ਦਾ ਪਰਚਾ ਦਰਜ ਕੀਤਾ ਜਾਊਗਾ। ਸਰ ਹੁਣ ਤੱਕ ਕੋਈ ਪਰਚਾ ਦਰਜ ਹੋਇਆ ਇਹਨਾਂ? ਜੇ ਉਹ ਜੇ ਬਾਜ਼ਾਰਾਂ ਦੇ ਵਿੱਚ ਛੋਟੇ ਬੱਚੇ ਬਾਈਕਾਂ 'ਤੇ ਘੁੰਮ ਰਹੇ ਹਨ, ਉਹਨਾਂ 'ਤੇ ਕੋਈ ਜਾਂ ਉਹਨਾਂ ਜਾਂ ਆਮ ਲੋਕ ਇਹ ਨਜ਼ਾਰਾ ਵੇਖਣ ਲਈ ਘੁੰਮ ਰਹੇ ਹਨ ਕਿ ਬਾਜ਼ਾਰ ਦੇ ਵਿੱਚ ਕੀ ਹੈ, ਇਹਨਾਂ 'ਤੇ ਕੋਈ ਕਾਰਵਾਈ ਕੀਤੀ ਹੈ? ਹੁਣ ਤੱਕ ਕੋਈ ਜਲਾਲਾਬਾਦ ਦੇ ਵਿੱਚ ਪਰਚਾ ਦਰਜ ਹੋਇਆ? ਹਜੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ। ਅਸੀਂ ਹੁਣ ਵੀ ਆਪਣਾ ਸਾਰੇ ਸ਼ਹਿਰ ਦਾ ਰਾਊਂਡ ਲਾਇਆ, ਸੁਬਹਾ ਵੀ ਲਾਇਆ, ਅਤੇ ਕੋਈ ਇਹੋ ਜਿਹਾ ਧਿਆਨ ਮੇਨ ਰੋਡ 'ਤੇ ਕੋਈ ਹੈ, ਜੇ ਕੋਈ ਗਲੀ ਦੇ ਵਿੱਚ ਆਪਣਾ ਅੰਦਰ ਕਰ ਰਿਹਾ ਤਾਂ ਉਹਨੂੰ PCR ਭੇਜ ਕੇ ਦੇ, ਜੇ ਕੋਈ ਹੋਇਆ ਤਾਂ ਉਹ ਵੀ ਦੇਖ ਲਿਆ। ਉਸੇ ਤਰ੍ਹਾਂ ਅਜਨਾਲਾ ਵਿੱਚ ਵੀ ਰਾਜਾ ਸੰਸੀ ਵਿੱਚ ਕਈ ਲੋਕਾਂ ਨੂੰ ਲੱਗੇ ਕਰਫਿਊ ਦੀ ਉਲੰਘਣਾ ਕਰਨੀ ਮਹਿੰਗੀ ਪੈ ਗਈ, ਪਰ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਸਖ਼ਤੀ ਕਰ ਦਿੱਤੀ। ਪਰ ਲੋਕ ਤਾਂ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਜੋ ਲੋਕ ਲੱਗੇ ਕਰਫਿਊ ਦੀ ਉਲੰਘਣਾ ਕਰ ਰਹੇ ਨੇ, ਫਿਲਹਾਲ ਤਾਂ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਵਿੱਚ ਹੀ ਰਹਿਣ, ਕਿਉਂਕਿ ਇਹ ਕਿਸੇ ਲਈ ਨਹੀਂ, ਸਗੋਂ ਉਹਨਾਂ ਲੋਕਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਬੱਚਿਆਂ ਦੀ ਜਾਨ ਬਚਾਉਣ ਵਾਸਤੇ ਹੀ ਉਹਨਾਂ ਨੂੰ ਇਸ ਤਰ੍ਹਾਂ ਕਰਨ ਲਈ ਆਖਿਆ ਜਾ ਰਿਹਾ ਹੈ। ਹਾਂਜੀ ਸਰ, ਅੱਜ ਦੇ ਕਰਫਿਊ ਦੌਰਾਨ ਫਿਰ ਦੱਸੋ ਕਿਸ ਤਰ੍ਹਾਂ ਚੱਲ ਰਿਹਾ ਸਿਸਟਮ? ਠੀਕ ਹੈ ਜੀ, ਲੋਕਾਂ ਦਾ ਸਹਿਯੋਗ ਮਿਲ ਰਿਹਾ ਅੱਜ, ਸਿਰਫ ਅਤੇ ਸਿਰਫ ਮੈਡੀਕਲ ਫੈਸਿਲਿਟੀ, ਮੈਡੀਕਲ ਸਟਾਫ ਜਾਂ ਕਿਸੇ ਨੂੰ ਕੋਈ ਐਮਰਜੈਂਸੀ ਆ, ਲਾਈਕ ਜਿੰਨਾ ਕੋਈ ਡਾਇਲਸਿਸ ਵਾਲੇ ਪੇਸ਼ੈਂਟ ਆ, ਉਹਨਾਂ ਉਹ ਜਾ ਰਹੇ ਨੇ, ਬਾਕੀ ਆਲਮੋਸਟ ਸਹਿਯੋਗ ਕਰ ਰਹੀ ਹੈ ਜਨਤਾ। ਹਾਂਜੀ, ਇਹ ਜਿਹੜੀ ਬੰਦ ਦੀ ਕਾਲ ਆਪਣੇ CM ਸਾਹਿਬ ਵੱਲੋਂ ਆਈ ਹੈ ਅਤੇ ਉਹਦੇ ਵੱਲੋਂ ਸਾਨੂੰ SSP ਸਾਹਿਬ ਵੱਲੋਂ ਸਖ਼ਤ ਹਦਾਇਤਾਂ ਨੇ ਕਿ ਕਰਫਿਊ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੂਵਮੈਂਟ ਅਲਾਓ ਨਾ ਕੀਤੀ ਜਾਵੇ, ਐਕਸੈਪਟ ਜਿਹੜੇ ਮੈਡੀਕਲ ਸਟਾਫ ਆ ਜਿਹੜਾ ਔਨ ਡਿਊਟੀ ਆ ਜਾਂ ਫਿਰ ਕਿਸੇ ਦੀ ਕੋਈ ਮੈਡੀਕਲ ਐਮਰਜੈਂਸੀ ਆ ਉਹਨਾਂ ਨੂੰ ਅਲਾਓ ਕਰ ਰਹੇ ਹਾਂ, ਅਦਰਵਾਈਜ਼ ਕੋਈ ਨਹੀਂ ਆ। ਅਤੇ ਜਿਹੜਾ ਕੋਈ ਉਲੰਘਣਾ ਕਰ ਰਿਹਾ ਉਹ 'ਤੇ ਸਾਨੂੰ ਸਿੱਧੇ ਹੁਕਮ ਹੈ ਜੀ ਪਰਚਾ ਦਰਜ ਕਰਨ ਦੇ ਅਤੇ ਬੰਦ ਦੀ ਕਾਰਵਾਈ ਕਰਨ ਦੇ, ਅਤੇ ਉਹਦੇ ਵਿੱਚ ਕੋਈ ਢਿੱਲ ਨਹੀਂ ਵਰਤ ਰਹੇ ਨਾ ਹੀ ਵਰਤੀ ਜਾਊਗੀ। ਸਰ ਕਰਫਿਊ ਦੌਰਾਨ ਕੋਈ ਕੀਤੀ ਹੈ ਜੀ ਕਾਰਵਾਈ, ਕੋਈ ਇਹੋ ਜਿਹੀ ਘਟਨਾ ਸਾਹਮਣੇ ਆਈ ਜਿਹੜੀ ਲੋੜ ਪਈ ਕਰਨ ਦੀ? ਸਾਡੇ ਹਲਕੇ ਦੇ ਲੋਕ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਜੀ, ਕੋਈ ਇੱਦਾਂ ਦੀ ਮੂਵਮੈਂਟ ਹੈ ਨਹੀਂ ਹੈ ਕਿ ਜਿਹੜੀ ਐਵੇਂ ਬਿਨਾਂ ਵਜ੍ਹਾ ਕਰ ਰਹੇ ਨੇ, ਦੁਕਾਨਾਂ ਬੰਦ ਨੇ ਸਾਰੀਆਂ, ਆਲਮੋਸਟ ਕੋਆਪਰੇਟ ਕਰ ਰਹੇ ਨੇ, ਜੇ ਕੋਈ ਆਉਂਦਾ ਫਿਰ ਉਹਦੇ ਬੰਦ ਦੀ ਕਾਰਵਾਈ ਕਰਾਂਗੇ। ਅਤੇ ਸਰ ਜਿਹੜਾ ਕੋਈ ਟਾਈਮ ਕਿੰਨਾ ਰੱਖਿਆ ਜੀ ਮਾਰਕੀਟ ਖੁੱਲ੍ਹਣ ਦਾ? ਉਹਦੇ ਬਾਰੇ ਸਾਨੂੰ ਅਜੇ ਕੋਈ ਵੀ ਲਿਖਤੀ ਆਰਡਰ ਨਹੀਂ ਆਏ, ਫਿਲਹਾਲ ਤਾਂ ਟੋਟਲ ਸ਼ਟਡਾਊਨ ਹੈ ਜੀ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ
ਢਾਈ ਤਿੰਨ ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ ਢਾਈ ਤਿੰਨ ਮਹੀਨੇ, ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।